ਜ਼ਿਕਰ ਦੀ ਕਸਮ ਹੈ ਸ਼ਬੀਰ ਦੇ ਬਾਬੇ ਬਤੂਲ ਦੇ ਜਨਾਜ਼ੇ ਵੱਲ ਵੇਖ ਕੇ 95 ਦਿਨ ਜ਼ਿੰਦਾ ਰਹੀਏ, ਸੱਜਾ ਹੱਥ ਪਾਸੇ ਤੋਂ ਨਹੀਂ ਉੱਠਿਆ। ਤੁਸੀਂ ਜਿਹੜੇ ਖਲੋਤੇ ਹੋ ਜਾਂ ਬੈਠੇ ਹੋ ਮਾਵਾਂ ਭੈਣਾਂ ਦੀਆਂ, ਤੁਸੀਂ ਜਾਣਦੀ ਹੋ ਹੱਥ ਪਾਸੇ ਤੂੰ ਨਹੀਂ ਚਾਹੀਦੀ। ਜਿਹੜਾ ਹੱਥ ਗੁੱਸਲ ਦੇ ਟਾਈਮ ਨਹੀਂ ਉੱਠਿਆ, ਜਦਨ ਗਰੀਬ ਆਖੇ ਨਵਾ ਮਰੀਅਮ ਦੇ ਬੁਲਾਵੇ, ਜ਼ੈਨਬ ਦੀ ਮਾਂ ਦੇ ਕਫਨ ਦੇ ਬੰਦ ਟੁੱਟ ਗਏ, ਤੋਵੇ ਹੱਥ ਵਧਾ ਕੇ ਪਿਆ ਦੀਏ, ਆਓ ਮੇਰਾ ਭਜਦੇ ਘੋੜੇ ਬੁਲਾਣਾ ਲਾ, ਆਓ ਮੇਰਾ ਕਰਬਲਾ ਦਾ ਮੁਸਾਫਿਰ, ਆਓ ਮੇਰਾ ਵਹਿੰਦੇ ਦਰਿਆਵਾਂ ਦੀ ਮਨ ਤੇ ਤੱਸਾ ਮਰੀ ਵਣਾ ਲਾ। ਅੰਮਾ ਅੰਮਾ ਕਰਕੇ ਦੌੜੇ ਸ਼ਬੀਰ ਮਾਂ ਦੇ ਜਨਾਜ਼ੇ ਤੇ ਆਏ, ਬਤੂਲ ਕਫਨ ਚੋ ਹੱਥ ਕੱਢਕੇ ਪੁੱਤਰ ਮੁਹਾਨ ਨਾ ਲਾਏ, ਹੁਸੈਨ ਦੀਆਂ ਦੋਵੇਂ ਬਈ ਮਾਂ ਦੇ ਗੱਲ ਚ, ਬਤੂਲ ਦੀਆਂ ਦੋਵੇਂ ਬਈ ਪੁੱਤਰ ਦੇ ਗੱਲ ਚ, ਮਾਂ ਤੇ ਪੁੱਤਰ ਦੇ ਦਰਦਾਂ ਦੇ ਨਾਲ ਮਿਲੇ ਨੇ। ਜਬਰੀਨ ਨਾਜ਼ਲ ਹੋਏ ਤਾਜੇ ਮਲਕੂਤੀ ਸਰ ਤੇ ਕੋਈ ਨਹੀਂ ਹੈ, ਤਾਂ ਪੂਰੀ ਪਰਸਾਰੀ ਚ ਮਾਰ ਕੇ ਪੈਦੇ ਯਾ ਅਲੀ, ਅੱਲਾ ਪਿਆ ਦਈ ਜੇ ਮੇਰੀ ਕਾਇਨਾਤ ਬਚਾਉਣਾ ਚਾਹੇ, ਜਿਤਨਾ ਜਲਦੀ ਹੋ ਸਕਦੀ ਮਾਂ ਪੁੱਤਰ ਨੂੰ ਜੁਦਾ ਕਰ, ਅਗਰ ਇੰਨੇ ਗਰੀਬ ਮਿਲਦਾ ਰਿਹਾ, ਮੇਰਾ ਅਰਸ਼ ਲੈ ਪੋਸੀਆ, ਮੇਰੀਆਂ ਹੂਰਾਂ ਦੇ ਵਾਲ ਖੁੱਲੇ ਹੋਏ ਨਾ, ਮੇਰੀਆਂ ਨਬੀਆਂ ਦੀਆਂ ਪੱਗਾਂ ਲੱਥੀਆਂ ਹੋਈਆਂ ਨਾ। ਅਲੀ ਦੌੜਦੇ ਗਏ ਨਾ ਆਖਰੀ ਜੁਮਲਾ ਆ ਕੇ ਪੁੱਤਰ ਉਸ਼ਾਨਿਆਂ ਤੂੰ ਪਕੜੇ, ਸ਼ਬੀਰ ਬਸ ਕਰ ਤੂੰ ਸਾਬਰਾਂ ਦਾ ਸੁਲਤਾਨ, ਮੇਰਾ ਪੁੱਤਰ ਪਿੱਛੇ ਹੋ, ਕਾਇਨਾਤ ਖਤਮ ਹੋਣ ਵਾਲੀ ਆ, ਅੱਲਾ ਦਾ ਅਰਸ਼ ਢਾਹਣ ਵਾਲੀ ਹੈ। ਰੋਂਦਾ ਹੋਇਆ ਮਾਂ ਦੇ ਜਨਾਜ਼ੇ ਤੂੰ ਜੁਦਾ ਹੋਏ, ਜਿਹੜਾ ਮੈਂ ਜੁਮਲਾ ਕੇ ਮਾਤਮੇ ਹੁਸੈਨ ਕਰਾਉਣਾ ਚਾਹੁੰਦਾ, ਯੂ ਕੇ ਆਲਿਆ ਜ਼ਿਕਰ ਦੀ ਕਸਮ ਹੈ, 5ਵੇਂ ਕਦਮ ਤੇ ਸ਼ਬੀਰ ਕੀ ਹੈ, ਬਤੂਲ ਦੇ ਲੱਪੇ ਹਲਦੇ, ਰੋ ਰੋ ਕੇ ਪਿਆ ਦੀ ਮਾਂ ਸਦਕੇ ਤੇਰਾ ਉਧਾਰ ਹੈ, ਬੇਟਾ ਅੱਜ ਤੂੰ ਬੁਲਾਏ ਤੇ ਮੈਂ ਬੋਲੀਆਂ, ਜਦਣ ਮੈਂ ਬੁਲਾਵਾ ਮੇਰਾ ਉਧਾਰ ਲਾਵੇ, ਲੱਖਾਂ ਜਾਂ ਕੋਈ ਨਾ ਯਾਰਾਂ ਮੁਹਰਮ ਦੀ ਅਦਰਾ ਦਵੇ ਲੋਏ, ਬਜਦਲ ਬਿਨ ਸਲੀਮ ਲਾਸ਼ਾਂ ਦੀ ਤਲਾਸ਼ੀ ਲੈਂਦਾ, ਖੁਦਾ ਇਸ ਤੇ ਲਾਨਤ ਕਰੇ, ਉੱਥੇ ਆਏ ਜਿੱਥੇ ਗੁਰਬਤ ਦਾ ਨਿਸ਼ਾਨਾ, ਸ਼ਬੀਰ ਆ ਕੇ ਕਮੀਜ਼ ਲਈ, ਮਜ਼ਲੂਮ ਮਨਾ ਨਹੀਂ ਕੀਤਾ, ਮੁੰਦਰੀ ਲਹਾਈਏ, ਮੈਂ ਤੰਗੀਆਂ ਤਾਂ ਨਾ ਛੁਪਾਵਾਂ, ਮੁੰਦਰੀ ਨਹੀਂ ਉਂਗਲ ਵੀ ਕੱਟ ਕੇ ਲੈ ਗਏ, ਅਜੇ ਵੀ ਨਹੀਂ ਬੋਲੇ ਬੋਲੇ ਉਸੇ ਦਿਨ ਮਜ਼ਲੂਮ, ਜਦਨ ਬੇਗੈਰਤ ਬਜਦਲ ਬਿਨ ਸਲੀਮ ਮਜ਼ਲੂਮ ਦੇ ਕਮਰ ਬੰਦ ਚ ਹੱਥ ਪਾਇਆ, ਪੱਪੇ ਗੱਲ ਚ ਆਵਾਜ਼ ਆਇਆ, ਹਯਾ ਕਰ ਕਰ ਮੇਰੀ ਲਾਸ਼ ਕੋਲ ਮੇਰੀਆਂ ਭੈਣਾਂ ਗੁਜ਼ਰਨੇ, ਇਹ ਗੱਲ ਪੈ ਕਰਦੇ ਹਨ ਅੱਲਾ ਦਾ ਅਰਜ਼ ਹੱਲਣ ਲੱਗ ਪਏ, ਨਬੀਆਂ ਦਾ ਨਬੀ ਵੱਲੇ ਇਲਮੀਆਂ ਜ਼ੁਲਫਾਂ ਖੁੱਲੀਆਂ ਹੋਈਆਂ, ਨਾਜ਼ਲ ਹੋਇਆ ਰੋ ਰੋ ਕੇ ਪਿਆ ਦਾ, ਕਿੱਥੇ ਸੁੱਤਾ ਪਿਓ ਮੇਰਾ ਕਰਬਲਾ ਦਾ ਗਰੀਬ ਬਚੜਾ, ਤੂੰ ਜਾ ਆਵਾਜ਼ ਆਇਆ ਮੈਂ ਨਬੀਆਂ ਦਾ ਨਬੀ ਆ ਗਿਆ, ਤ੍ਰੀਜਾ ਆਵਾਜ਼ ਆਇਆ ਮੈਂ ਵਲੀਆਂ ਦਾ ਵਲੀਆਂ, ਫਿਰ ਆਵਾਜ਼ ਆਇਆ ਮੈਂ ਹਸਨ ਮਦੀਨੇ ਆ ਗਿਆ, ਕੱਪੀਆਂ ਰਗਾ ਚਲਾ ਲਈਏ ਬਾਬਾ ਨਾਨਾ ਭਾਈ ਸਾਰੇ ਆਇਓ, ਮੇਰੀ ਮਾਂ ਬਤੂਲ ਕਿਉਂ ਨਹੀਂ ਆਈ, ਅਲੀ ਆਦੇ ਨੇ ਉਹ ਜੰਨਤ ਚੋ ਸਾਡੇ ਨਾਲ ਆਈਏ, ਟਿੱਬੇ ਤੇ ਖਲੋ ਗਿਆ ਦੀ ਟੁਰ ਜਾਓ, ਮੈਂ ਚੱਕੀਆਂ ਪੀ ਪੀ ਪਾਲਦੀ ਰਹੀਆਂ, ਮੈਂ ਆਖਰੀ ਵੇਲੇ ਬੁਲਾਇਆ ਹੋਇਆ, ਅੱਜ ਮੈਨੂੰ ਬੁਲਾਵੇ ਮੈਂ ਤਾਂ ਮਿਲਣਾ, ਜ਼ਿਕਰ ਦੀ ਕਸਮ ਹੈ, ਜਦੋਂ ਸ਼ਬੀਰ ਨੂੰ ਪਤਾ ਲੱਗੇ ਮਾਂ ਉਧਾਰ ਮੰਗਣ ਆ ਗਈ ਹੈ, ਇਹੋ ਵਜ੍ਹਾ ਜਿਹੜੇ ਲਾਏ ਖੜੇ ਹੋ ਰੋਮੇ ਪਏ, ਜਿੱਥੇ ਸ਼ਬੀਰ ਦੀ ਮੱਕਲ ਹੈ ਉੱਥੇ ਕਬਰ ਨਹੀਂ, ਜਿੱਥੇ ਦਫਨ ਹੈ ਉੱਥੇ ਪੁੱਠਾ ਨਹੀਂ, ਤਕਰੀਬਨ 17 ਕਦਮਾਂ ਦਾ ਫਾਸਲਾ ਹੈ, ਸਵਾਲ ਕਰੋ ਸ਼ਹਾਦਤ ਦੇ ਬਾਅਦ ਲਾਸ਼ਾਂ ਚਾਵਣ ਵਾਲਾ ਰਹਿ ਕੋਈ ਨਹੀਂ ਗਿਆ, ਅੱਜ ਜਿੱਥੇ ਕਬਰ ਉੱਥੇ ਕਿਵੇਂ ਪਹੁੰਚੇ, ਮੈਂਬਰ ਦੀ ਕਸਮ ਹੈ ਪਤਾ ਲੱਗਾ ਮੇਰੀ ਮਾਂ ਉਧਾਰ ਮੰਗਣ ਆ ਗਈ ਹੈ, ਸ਼ਬੀਰ ਤੁਰ ਕੇ ਨਹੀਂ ਗਿਆ, ਕਰਵਟਾਂ ਬਦਲਣੀਆਂ ਸ਼ੁਰੂ ਕੀਤੀਆਂ, 9 ਟੁਕੜੇ ਮਜ਼ਲੂਮ ਦੇ ਜੁੜੇ ਨੇ, ਕਰਵਟਾਂ ਬਦਲ ਲਾਇਆ, 5ਵੇਂ ਕਦਮ ਤੇ ਗਿਆ ਹੈ, ਨਬੀਆਂ ਦੇ ਨਬੀ ਦਵੈਰ ਬੁਲੰਦ ਹੋਇਆ, ਉੱਚਾ ਰੁਨਾ ਮਦਨੀ ਮਦੀਨੀ ਵਾਲਾ ਰੋ ਕੇ ਬਸ ਕਰ ਮੈਂ ਤੇਰੀ ਮਾਂ ਬੁਲਾਵਾ, ਓਲੇ ਓਲੇ ਆਵਾਜ਼ ਨਾ 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 ਬੁਲਾ ਜਦਨ ਮਾਵਾ, ਪੁੱਤਰਾਂ ਦਾ ਹੱਕ ਬਣਦਾ ਮਾਵਾ ਕੋਲ ਟੁਰ ਕੇ ਵੰਜਣ ਦਾ, ਜਿੱਥੇ ਮੇਰੀ ਸਹਿਣ ਖਲੋਤੀ ਆਈ ਕਦਮੇ ਸ਼ਬੀਰਾ ਕੇ ਰੁਕੇ, ਰੋ ਰੁਕ ਪੈਂਦੇ ਅੰਮਾ ਮਦੀਨੇ ਬੁਲਾਵਿਆ, ਅੰਮਾ ਮੈਂ ਮਦੀਨੇ ਤੇਰਾ ਉਧਾਰ ਲਾਵਿਆ, ਵਾ ਅੰਮਾ ਤੇ 17 ਕਦਮਾਂ ਦਾ ਫਾਸਲਾ, ਰੋ ਰੋ ਕੇ ਪਿਆਦੇ ਤੈ ਕਫਨ ਦੇ ਵਿੱਚ, ਮੈਂ ਕੂਸ ਦਿਆ ਕਫਨ ਸਦੇ ਦਈਆ, ਵਜਦਾ ਦਾਦ ਗਿਰੇ ਮਾਂ ਤੇ ਪੁੱਤਰ ਮਿਲੇ ਨੇ, ਮੇਰੀ ਸਹਿਣ ਦੀ ਮੇਰਾ ਪੁੱਤਰ ਤੂੰ ਸੁਣਾ ਦੇ, ਅੰਮਾ ਇੱਕੋ ਹਸਰਤ ਹੈ ਦੱਸਣਾ ਮੇਰਾ ਗਰੀਬਾਂ ਦਾ ਗਰੀਬ ਬਚੜਾ, ਰੋ ਰੋ ਕੇ ਮਾਂ ਨੂੰ ਪਿਆ ਦੇ ਅੰਮਾ ਇਹ ਹਸਰਤ ਹੈ, ਤੂੰ ਸਾ ਮਾਲਕ ਭੁੱਲ ਦਰੀਆਂ ਦੇ
ماتم حسین.